ਆ ਰਿਹਾ ਤਾਂ ਬਿਮਾਰ ਹੋ ਜਾਂਦਾ ਆਈ ਨਾ ਉਹ ਗੱਲ ਤਾਂ ਪਾਵਾਂ ਨਾ ਥੱਲੇ ਜਾਣਾ ਦੇਖੋ ਜਿਹੜਾ ਆਪਣਾ ਰਾਹ ਪਿਆ ਵੇ ਇਹਨੂੰ ਗਾਹ ਨਾ ਸਮਝੋ ਜਿਵੇਂ ਕਣਕ ਬੀਜਣ ਤੋਂ ਪਹਿਲਾਂ ਝਾਰੀ ਜਾਂਦੀ ਹੈ ਫਿਰ ਦੋ ਤਿੰਨ ਜਣੇ ਝਾਰਦੇ ਨੇ ਮਤਲਬ ਇੱਧਰ ਸਾਫ ਕਣਕ ਕੱਢੀ ਜਾਂਦੀ ਹੈ ਉੱਧਰ ਇਹਦੀ ਉਹ ਹੋ ਜਾਂਦੀ ਹੈ ਜੇ ਫੂਸ ਵਗੈਰਾ ਡਲੀ ਵਗੈਰਾ ਹੁੰਦੀ ਹੈ ਨਾ ਉਹ ਜਿਵੇਂ ਕੋਈ ਖਾਧਾ ਹੋਇਆ ਦਾਣਾ ਹੁੰਦਾ ਵੈਸੇ ਪਹਿਲਾਂ ਤਾਂ ਇਹ ਦਵਾਈ ਲਾ ਕੇ ਰੱਖੀ ਜਾਂਦੀ ਹੈ ਇਹਨੂੰ ਦਾਣੇ ਨੂੰ ਖਰਾਬ ਨਹੀਂ ਹੁੰਦਾ ਹੈਗਾ ਤਾਂ ਨਾ ਫਿਰ ਜਿਵੇਂ ਖੇਤ ਤਿਆਰ ਹੁੰਦੇ ਨੇ ਚਾਰ ਪੰਜ ਕਿੱਲੇ ਉਹਦੇ ਹਿਸਾਬ ਨਾਲ ਕਿੰਨੀ ਪੈਂਦੀ ਇੱਕ ਕਿੱਲੇ 'ਚ ਕਿੰਨਾ ਕੁ ਪੈਂਦਾ ਇੱਕ ਕਿੱਲੇ 'ਚ ਚਲੋ ਦੂਜਾ ਬੀਜ ਲਿਆ ਪਿਛਲੇ ਤੋਂ ਪਿਛਲੇ ਸਾਲ ਆਪਾਂ ਨੇ ਬਰਬਟ ਬੀਜ ਬੀਜਿਆ ਸੀ ਉਹ ਕਾਫੀ ਝਾੜ ਦਿੱਤਾ ਸੀ ਝਾੜ ਵਧਾਉਣ ਦੇ ਵਾਸਤੇ ਆਪਾਂ ਖੈਰੀ ਵਾਲਾ ਬੀਜ ਲਿਆਉਂਦੇ ਪਰ ਆਪਾਂ ਨੂੰ ਪਤਾ ਨੀ ਹੁੰਦਾ ਕਿ ਉਹ ਵਧੀਆ ਜਾਂ ਘਟੀਆ ਤਾਂ ਕਰਕੇ ਘਰ ਦਾ ਹੀ ਬੀਜ ਰੱਖਣਾ ਪੈਂਦਾ ਥੋੜਾ ਤਾਂ ਇੰਨਾ ਸ਼ੁਰੂ ਪੈਰ ਹੋਇਆ ਸਾਡੇ ਘਰੇ ਰੁਕਾਵਟ ਹੋਦੇ ਰਸਤੇ ਸਾਰੇ ਬੰਦ ਹੋ ਰਹੇ ਵੀ ਪਤਾ ਨਹੀਂ ਕਿਆ ਕਾਹਦੀ ਮਿੱਟੀ ਹੋਈ ਹੈ ਨਾ ਪਹਿਲਾਂ ਕਿਹਾ ਦੇ ਨਾ ਕੁਛ ਬੀਜਿਆ ਹੋਇਆ ਥੋੜੇ
ਪੂਜਿਆ ਆ ਲੈ ਜਾਓ ਕੱਪ ਨਾ।
ਵਾਹਿਗੁਰੂ ਜੀ ਤੇ ਹੁਣ ਇਹ ਦੀਦੀ ਨੇ ਭਾਬੀ ਦਾ ਆਪਰੇਸ਼ਨ ਕਰਵਾਉਣਾ ਤੇ ਜਿਹੜਾ ਉਹ ਭਤੀਜਾ ਉਹਨੂੰ ਅਸੀਂ ਆਪਣੇ ਨਾਲ ਲੈ ਜਾਂਗੇ ਮੁੰਡਿਆਣੇ ਆਦੀ ਨੂੰ ਵੀ ਅਸੀਂ ਉੱਥੇ ਰੱਖਿਆ ਹੋਇਆ ਤੇ ਜਿਹੜੇ ਹੁਣ ਇਹ ਦੁੱਖ ਸੁੱਖ ਦੇ ਕੰਮ ਹੁੰਦੇ ਨੇ ਰਲ ਮਿਲ ਕੇ ਹੁੰਦੇ ਨੇ ਤੇ ਉਹਨਾਂ ਨੂੰ ਇਹ ਫੈਮਿਲੀਆਂ ਦਾ ਪਿਆਰ ਕਿਹਾ ਜਾਂਦਾ ਜਦੋਂ ਅਸੀਂ ਰਲ ਮਿਲ ਕੇ ਸਾਰੇ ਕੰਮ ਕਰਦੇ ਹਾਂ ਤੇ ਸਾਡੇ ਮੰਮੀ ਤੇ ਵੀਰ ਜੀ ਵੀ ਸਵੇਰੇ ਕੱਲ ਨੂੰ ਆਉਣਗੇ ਇੱਥੇ ਇਹਨਾਂ ਕੋਲੇ ਤੇ ਨਾਲ ਜਾਣਗੇ ਇਹਨਾਂ ਦੇ ਉੱਥੇ ਹੋਸਪਿਟਲ ਵੀ ਰਹਿਣਗੇ ਉਹ ਤੇ ਬੱਚੇ ਸਾਡੇ ਕੋਲ ਰਹਿਣਗੇ ਤੇ ਹੁਣ ਅਸੀਂ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾਵਾਂਗੇ ਠੀਕ ਹੈ ਜੀ ਤੋੜ ਲੈਂਦੇ ਆ ਫਿਰ ਦੇਖ ਲੈਂਦੇ ਮੈਂ ਹਾਂਜੀ